ਉਹ ਇਹਨਾਂ ਖਿਲਾਰ ਲਏ ਬਾਬਾ, ਇਹਨਾਂ ਨੂੰ ਕੋਈ ਕੰਮ ਪੈ ਗਿਆ ਜੀ, ਇਹਨਾਂ ਕੋਈ ਨਾ ਕੋਈ ਫੱਟਾ ਪਾਣਾ ਹੀ ਆਉਣ ਲੱਗਦਾ। ਅਸਲਾਮ ਵਾਲੇਕਮ ਜੀ, ਵੈਲਕਮ ਬੈਕ ਇੱਕ ਨਵੀਂ ਵੀਡੀਓ 'ਚ। ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜਨਾਬ ਪਿਛਲੀ ਵਾਰ ਦੀ ਤਰ੍ਹਾਂ ਨਾਲ ਸਾਹਮਣੇ ਫਿਰ ਮੇਰੇ ਨਾਲ ਉਹੀ ਗੇਮ ਲਾਈ ਹੈ। ਅੱਛਾ, ਮੈਨੂੰ ਉਹਨੇ ਕਾਲ ਕਰਕੇ ਤੇ ਉਹਨੇ ਆਖਿਆ ਜਨਾਬ ਰੈਡੀ ਰਹੋ, ਬਸ ਪਿੰਡੋਂ ਬਾਹਰ ਵੱਲ ਨੂੰ ਆ ਜਾਓ ਤੁਸੀਂ, ਜੋ ਕਿ ਮੈਂ ਮਾਮੂਲ ਦੇ ਮੁਤਾਬਕ ਫਿਰ ਪਿੰਡੋਂ ਬਾਹਰ ਆ ਗਿਆ ਤੇ ਹੁਣ ਉਹਦਾ ਇੰਤਜ਼ਾਰ ਕਰਨਾ ਆਉਂਦਾ ਤੇ ਮੈਂ ਇਹਨੇ ਕਿੱਥੇ ਲੈ ਕੇ ਜਾਣਾ। ਤੇ ਪਿਛਲੀ ਵਾਰੀ ਤੁਹਾਨੂੰ ਪਤਾ ਨਹੀਂ, ਮੈਂ ਇੱਥੇ ਮਹੀਨਾ ਡੇਢ ਤੋਂ ਸਟੇਅ ਕੀਤਾ ਸੀ ਤੇ ਉਹ ਫਿਰ ਆਏ ਹਨ ਇੱਥੋਂ, ਮੈਨੂੰ ਨਾ ਪਿੱਕ ਕੀਤਾ ਤੇ ਲਿਹਾਜ਼ਾ ਅੱਜ ਵੀ ਮੈਨੂੰ ਲੱਗਦਾ ਕੋਈ ਇੰਝ ਦੀ ਗੇਮ ਹੋਣੀ ਹੈ। A few moments later. ਲੋ ਜਨਾਬ, ਆਪਣਾ ਹੁਣ ਉਹਨੂੰ ਮੈਂ ਕਾਲ ਕੀਤੀ, ਉਹਨੇ ਕਿਹਾ ਜਨਾਬ ਇਸ ਸਾਈਡ ਤੇ ਨਹੀਂ, ਹੁਣ ਉਸ ਰੋਡ ਤੇ ਆ। ਸਾਡੇ ਪਿੰਡ ਨੂੰ ਦਰਅਸਲ ਦੋ ਰੋਡ ਲੱਗਦੇ ਨੇ, ਇੱਕ ਕੱਚਾ ਇੱਕ ਪੱਕਾ। ਮੈਂ ਕੁਛ ਉਹਨੇ ਕਿਹਾ ਦੂਸਰੇ ਰੋਡ ਤੇ ਆਈ ਆ, ਉਧਰੋਂ ਮੈਂ ਸਲਮਾਨ ਨੂੰ ਵੀ ਲੈ ਕੇ ਆ ਰਿਹਾ ਤੇ ਤੁਹਾਨੂੰ ਦੋਵਾਂ ਨੂੰ ਫਿਰ ਕਰਨਾ ਕਿਤੇ। ਮੈਂ ਕੁਛ ਲੋ ਜਨਾਬ, ਮੈਂ ਲਿਫਟ ਲੁਫਟ ਲੈ ਕੇ ਤੇ ਆਪਣਾ ਮੇਨ ਰੋਡ ਤੇ ਪਹੁੰਚ ਗਿਆ। ਲੋ ਜਨਾਬ, ਰਾਣਾ ਸਾਹਿਬ ਆ ਗਏ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ? ਅਸਲਾਮ ਅਲੈਕੁਮ ਰਾਣਾ ਸਾਹਿਬ, ਅਲਹਮਦੁਲਿਲਾ ਠੀਕ ਹੋ? ਅਸਲਾਮ ਅਲੈਕੁਮ, ਮੈਂ ਤੇਰੇ ਕੋਲ ਹੀ ਆ ਜਾਣਾ। ਜਨਾਬ ਲੈ ਕੇ ਕਿੱਥੇ ਜਾ ਰਹੇ ਹੋ ਸਾਨੂੰ? ਖਿਲਾਰ ਲਏ ਬਾਬਾ, ਇਹਨਾਂ ਨੂੰ ਕੋਈ ਕੰਮ ਪੈ ਗਿਆ ਜੀ, ਇਹਨਾਂ ਕੋਈ ਨਾ ਕੋਈ ਫੱਟਾ ਪਾਣਾ ਹੀ ਆਉਣ ਲੱਗਦਾ। ਫੋਟੋ ਸ਼ੋਟੋ ਖਿਚਾਉਣ ਵਾਸਤੇ ਸ਼ੂਜ਼ ਪਾ ਰਿਹਾ। ਜ਼ੋਰ ਜ਼ੋਰ ਸੇ ਬੋਲ ਕੇ ਲੋਗੋ ਕੋ ਸਕੀਮੇ ਬਤਾ ਦੇ। ਜਨਾਬ ਅਸੀਂ ਆਏ ਹਾਂ ਨਮਾਜ਼ ਪੜ੍ਹਨ ਤੇ ਸਟਾਫ ਨੇ ਸਾਨੂੰ ਦੱਸਿਆ ਕਿ ਵੱਡੀ ਮਸਜਿਦ ਬਾਹਰ ਹੈ, ਜ਼ਿਆਦਾ ਇਹ ਸਾਡੀ ਪਹੁੰਚ ਹੀ ਬਾਹਰ ਹੋ ਗਈ ਹੈ ਜੀ। ਗੱਲ ਬਾਉਂਡਰੀ ਤੋਂ ਹੀ ਬਾਹਰ ਹੈ ਉਹ ਹੀ ਨਾ, ਇਹ ਚੈੱਕ ਕਰੋ ਹੁਣ ਇੱਥੋਂ ਅੰਦਰ ਕਿਸ ਤਰ੍ਹਾਂ ਜਾਈਏ ਅਸੀਂ ਦੂਸਰੀ ਸਾਈਡ 'ਤੇ ਅਤੇ ਲਿਆਜ਼ਾ ਵਾਪਸ ਚੱਲੀਏ ਸਮਾਨ ਸਾਹਿਬ ਵਾਪਸ। ਇਹ ਹੀ ਜਾਣਾ ਬਣਾ ਸ਼ੇਰਾ ਚਲੇ ਚਲੇ ਬੋਸ। ਅਲਹਮਦੁਲਿਲਾ ਜਨਾਬ, ਨਮਾਜ਼ ਪਾ ਰਹੇ, ਤੁਹਾਡੇ ਕੋਲ ਵੀ ਜਿਹੜੀ ਨਮਾਜ਼ ਦਾ ਟਾਈਮ ਹੋਗਾ ਤੁਸੀਂ ਵੀ ਉਹ ਨਮਾਜ਼ ਅਦਾ ਕਰ ਲਓ ਅਤੇ ਤੁਹਾਨੂੰ ਨਮਾਜ਼ ਦੇ ਮੁਤਲਕ ਥੋੜ੍ਹੀ ਜਿਹੀ ਜਿਹੜਾ ਨਾ ਇਨਫੋਰਮੇਸ਼ਨ ਦੇਣੀ ਹੈ ਸਾਨੂੰ ਵੀ, ਜਿੰਨੀ ਕੁ ਪਤਾ ਕਿ ਸਫ਼ਰ ਦੇ ਵਿੱਚ ਬੰਦਾ ਕਸਰ ਨਮਾਜ਼ ਪੜ੍ਹਦਾ ਅਤੇ ਕਸਰ ਦੇ ਵਿੱਚ ਜਿਹੜਾ ਨਾ ਮਿਸਾਲ ਤੌਰ 'ਤੇ ਚਾਰ ਫਰਜ਼ ਨੇ ਅਤੇ ਉਹ ਫਿਰ ਦੋ ਪੜ੍ਹਨੇ ਨੇ, ਮੁਕਤਸਰ ਜੀ ਨਮਾਜ਼ ਅਸੀਂ ਪੜ੍ਹ ਕੇ ਅਤੇ ਆ ਗਏ ਹਾਂ। ਹੁਣ ਮੈਨੇ ਰਾਣਾ ਸਾਹਿਬ ਦਾ ਚੈੱਕਿੰਗ ਤਾਂ ਹੋ ਗਿਆ ਸੀ, ਮੈਂ ਲੱਭ ਨੇ ਆਉਣਾ ਉਹਨਾਂ ਨੂੰ ਇੱਥੇ ਕਿਤੇ। A few moments later. ਬਾਬਾ ਜੀ ਤੁਹਾਡਾ ਭਾਈ ਤੁਹਾਨੂੰ ਜਿਹੜਾ ਨਾ ਥੋੜ੍ਹਾ ਜਿਹਾ ਜਹਾਜ਼ ਦਾ ਵਿਊ ਹਾਨ ਹੈਗਾ ਆਪਣਾ ਰਨਵੇ ਦਾ, ਚੈੱਕ ਕਰੋ ਤੁਸੀਂ। ਬਾਬਾ ਜੀ ਅਸੀਂ ਜਦੋਂ ਨਮਾਜ਼ ਪੜ੍ਹ ਕੇ ਆਏ ਹਾਂ ਅਤੇ ਰਾਣਾ ਸਾਹਿਬ ਜਿਹੜੇ ਨੇ ਨਾ ਅਸਮਾਨ ਦੇ ਵੱਡੇ ਭਾਈ ਉਹ ਅੰਦਰ ਟੁਰ ਗਏ ਹਨ ਸਾਡੇ ਜਾਂਦੇ ਨੂੰ, ਉਹਨਾਂ ਦੇ ਬੋਰਡਿੰਗ ਸ਼ੋਰਡਿੰਗ ਸਾਰਾ ਕੁਛ ਕਲੀਅਰ ਹੋ ਗਿਆ ਸੀ ਅੰਦਰੋਂ ਜਾ ਕੇ, ਫਿਰ ਉਹਨਾਂ ਵੀਡੀਓ ਘਲੀਆਂ ਜਿਹੜੀ ਇਸ ਟਾਈਮ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵਾਂ ਪਿਆ ਅਤੇ ਰਾਣਾ ਸਾਹਿਬ ਜਿਹੜਾ ਨਾ ਖੂਬ ਇੰਜੋਏ ਵੀ ਕੀਤਾ ਜਾਂਦੇ ਹਾਂ ਅਸੀਂ ਰਾਣਾ ਸਾਹਿਬ ਨੂੰ ਛੱਡ ਕੇ ਅਤੇ ਏਅਰਪੋਰਟ ਤੋਂ ਨਿਕਲਿਆ ਜਾਂਦੇ ਹਾਂ, ਸਾਨੂੰ ਰਸਤੇ 'ਚ ਥੋੜ੍ਹਾ ਜਿਹਾ ਨਾ ਚੰਡੀਗੜ੍ਹ ਵਾਲੀਆਂ ਵਾਈਬਸ ਆਈਆਂ ਅਤੇ ਖੈਰ ਉਸ ਤੋਂ ਬਾਅਦ ਫਿਰ ਅਸੀਂ ਸਫ਼ਰ ਕੀਤਾ ਜਨਾਬ, ਤੁਸੀਂ ਵੀਡੀਓ ਦੇ ਵਿੱਚ ਵੇਖੋ ਫਿਰ।
ਬਾਬਾ ਜੀ ਅਸੀਂ ਰਾਣਾ ਸਾਹਿਬ ਨੂੰ ਏਅਰਪੋਰਟ ਤੇ ਡ੍ਰਾਪ ਕਰਕੇ ਤੇ ਅਸੀਂ ਹੁਣ ਆਏ ਆ ਟਿਮਾਟਰਸ ਤੇ ਪਿੰਡਾਂ ਦੀ ਤਰ੍ਹਾਂ ਤੁਹਾਨੂੰ ਪਤਾ ਸੀ ਕਾਫੀ ਦਾ ਕੰਮ ਬਾਹਰ ਹੀ ਲਾਏ ਆ ਚੁੱਪ ਬਾਕੀ ਸਾਡੀ ਟੀਮ ਬੈਠੀ ਹੈ ਸਲਮਾਨ ਸਾਹਿਬ ਵਿੱਚ ਨੇ ਕਾਲੇ ਸ਼ੀਸ਼ੇ ਨੇ ਤੇ ਲਿਆਉਂਦਾ ਇਸ ਵਾਸਤੇ ਤੁਹਾਨੂੰ ਇੰਨਾ ਹੀ ਨਜ਼ਰ ਆਉਣੇ ਜਨਾਬ ਟਿਮਾਟਰਸ ਤੇ ਆਹ ਕੀਤੇ ਚਾਰ ਕੱਪ ਆਪਣੀ ਜਿੰਨੀ ਸਾਡੀ ਟੀਮ ਮੈਂਬਰ ਹਨ ਤੁਹਾਡੇ ਸਾਹਮਣੇ ਹੀ ਆਪਣਾ ਕਾਫੀ ਆਪਣਾ ਆਰਡਰ ਕੀਤੀ ਸੀ ਉਸ ਤੋਂ ਬਾਅਦ ਕੋਈ ਇੱਕ ਦੋ ਰੈਪ ਸੀ ਉਸ ਤੋਂ ਬਾਅਦ ਸੈਂਡਵਿਚ ਕੋਈ ਇਸ ਤਰ੍ਹਾਂ ਗ੍ਰਿਲ ਸੈਂਡਵਿਚ ਸੀ ਲਿਆਦਾ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਅੱਛਾ ਕਾਫੀ ਵੀ ਅੱਛੀ ਹੈ ਵਨੀਲਾ ਫ੍ਰੈਂਚ ਵਨੀਲਾ ਕਾਫੀ ਹੈ ਉਸ ਤੋਂ ਬਾਅਦ ਰੈਪ ਉਹ ਕੁਫਾ ਰਹਿ ਗਈ ਸੀ ਤੁਹਾਨੂੰ ਪਤਾ ਜਨਾਬ ਪੈਸੇ ਲਾਇਓ ਤੇ ਫਿਰ ਥੋੜੀ ਸ਼ੋਸ਼ਾ ਬਣਦੀ ਆ ਵੇਖੋ ਮੇਰੀ ਬੜਫ ਨਹੀਂ ਘੁੜਨਦੀ ਹਲੇ ਇਹ ਨਹੀਂ ਆਉਂਦੇ ਜਾਂਦੇ ਰਹਿੰਦੇ ਇੱਥੇ ਟਿਮ ਹਾਰਟਨ ਜੀ ਨਾ ਅੱਛਾ ਹਾਂਜੀ ਆ ਪਹਿਲੀ ਵਾਰੀ ਆਇਆ ਤੁਸੀਂ ਹਾਂ ਵੀ ਜ਼ਿਆਦਾਤਰ ਕੈਨੇਡਾ ਵਾਲੇ ਬ੍ਰਾਂਡ ਤੇ ਜਾਂਦੇ ਆ ਹਾਂ ਕਿਉਂਕਿ ਕੈਨੇਡਾ ਹੀ ਜਾਣਾ ਅਗੋ ਇੱਥੇ ਪਹਿਲਾਂ ਇੱਥੇ ਹੈ ਨਹੀਂ ਸੀ ਕਦੀ ਕਾਫੀ ਪੀਤੀ ਨਹੀਂ ਸੀ ਐ ਹੁਣ ਆ ਗਿਆ ਹੁਣ ਪੀਂਦੇ ਰਹੀ ਅੱਛਾ ਸਮਾਨ ਸਾਹਿਬ ਤੁਹਾਡਾ ਕੀ ਰਿਵਿਊ ਹੈ ਕਾਫੀ ਕੈਸੀ ਹੈ ਬਹੁਤ ਜ਼ਬਰਦਸਤ ਕਾਫੀ ਬਹੁਤ ਅੱਛੀ ਹੈ ਜ਼ਿੰਦਾਬਾਦ ਮਸ਼ਹੂਰ ਹੋ ਗਿਆ ਹੁਣ ਬਹੁਤ ਤੇ ਫਿਰ ਮਜ਼ਾ ਤੇ ਆਉਂਦਾ ਹੀ ਆਉਂਦਾ ਅੱਛਾ ਮੈਨੇ ਕੁਝ ਤੋਤਾ ਐਂਡ ਮੈਨਾ ਕਾਫੀ ਹੈ ਅੱਛਾ ਰੈਪ ਸ਼ੈਪ ਜਿਹੜੇ ਹਾਂ ਖਾਦੇ ਨੇ ਉਸ ਬਾਅਦ ਉਹ ਗ੍ਰਿਲ ਸੈਂਡਵਿਚ ਮੈਨੂੰ ਗ੍ਰਿਲ ਸੈਂਡਵਿਚ ਉਹ ਅੱਛਾ ਲੱਗਾ ਸੀ ਜ਼ਿਆਦਾ ਸੈਂਡਵਿਚ ਸਾਡੇ ਕੋਲ ਜਣਾ ਥੋੜਾ ਖਰਾਬ ਹੋ ਗਏ ਬਾਕੀ ਹੈ ਉਹ ਵੀ ਬੜਾ ਮਜ਼ੇਦਾਰ ਹੈ ਮੈਂ ਤੁਹਾਨੂੰ ਕੀ ਆਖਿਆ ਸੀ ਕਿ ਇਹਨਾਂ ਨੂੰ ਮੈਂ ਕਹਿੰਦਾ ਰਿਹਾ ਕਿ ਸੈਂਡਵਿਚ ਜ਼ਿਆਦਾ ਮਜ਼ੇ ਦਾ ਹੈਗਾ ਕਹਿੰਦੇ ਹਨ ਬਰਗਰ ਸ਼ੂਗਰ ਬਰਗਰ ਨਹੀਂ ਲੋਆ ਰੈਪ ਲੋਆਏ ਹਨ ਫਿਰ ਬਾਬਾ ਜੀ ਰੈਪ ਜਿਹੜੇ ਨਾ ਦੋ ਕਿਸਮ ਦੇ ਆਰਡਰ ਕੀਤੇ ਹਨ ਚਾਰ ਪੀਸ ਹਨ ਲਿਆਦਾ ਮੇਰੇ ਵਾਲਾ ਜਿਹੜਾ ਸੀ ਉਹ ਤੇ ਫਾਰਾ ਕੀ ਮੈਨੂੰ ਇਹਦਾ ਸਵਾਦ ਕੋਈ ਨਹੀਂ ਆਇਆ ਉਹਨੂੰ ਪਤਾ ਨਹੀਂ ਕਿਹੜਾ ਹੈ ਕਿਹੜਾ ਨਹੀਂ ਬਸ ਇੰਜੀ ਖਾ ਪੀ ਲਿਆ ਹਾਂ ਇਹਨਾਂ ਨੇ ਮੈਨੂੰ ਦੱਸੇ ਨਹੀਂ ਸੀ ਦੋ ਕਰਵਾਏ ਦੋ ਕਿਸਮ ਦੇ ਨੇ ਇਹਦੇ ਵਾਲਾ ਅੱਛਾ ਹੀ ਤੇਰਾ ਕੈਸਾ ਸੀ ਮੈਂ ਤਾਂ ਪਹਿਲਾਂ ਵੀ ਖਾਦੇ ਰਹਿੰਦੇ ਮੈਨੂੰ ਪਤਾ ਸੀ ਮੈਂ ਠੀਕ ਰਵਾ ਸੀ ਆਪਣਾ 50 ਰੁਪਏ ਘੱਟ ਓਵਰ ਐਕਟਿੰਗ ਵਿੱਚ ਅਨੰਤ ਤੂੰ ਰੈਪ ਦੇ ਬਾਰੇ ਕੀ ਆਪਣਾ ਰਿਵਿਊ ਤੇਰਾ ਮੈਨੂੰ ਅੱਛਾ ਲੱਗਾ ਸੀ ਜਿਹੜਾ ਮੈਂ ਕਹਦਾ ਸੀ ਸਪਾਈਸੀ ਸੀ ਅੱਛਾ ਉਹਦਾ ਮਜ਼ਾ ਆਇਆ ਸੀ ਤਾਰਾ ਤੇਰਾ ਕੀ ਰਿਵਿਊ ਰੈਪ ਕੈਸਾ ਸੀ ਜ਼ਬਰਦਸਤ ਸੀ ਯਾਰ ਮਜ਼ਾ ਆਇਆ ਸੀ ਸੁਰਤੇ ਸੰਗ ਬਾਕੀ ਜਿਹੜਾ ਰੈਪ ਮੈਂ ਖਾਦਾ ਸੀ ਉਹ ਹੀ ਤਕਰੀਬਨ ਅਰਾਬਿਕ ਟੱਚ ਹੀ ਪੂਰਾ ਆਪਣਾ ਫਿੱਕਾ ਫਿੱਕਾ ਰਿਹਾ ਤੇ ਸਪਾਈਸਿਸ ਪੂਸੀ ਕੋਈ ਨਹੀਂ ਹੈ ਵੈਜੀਟੇਰੀ ਹੈ ਤੁਰਕਿਸ਼ ਹੀ ਤਰਨੇ ਨਹੀਂ ਮਟੀਰੀਅਲ ਤੁਰਕਿਸ਼ ਯੂਜ਼ ਹੋਇਆ ਸੀ ਹੈ ਮਟੀਰੀਅਲ ਤੁਰਕਿਸ਼ ਯੂਜ਼ ਹੋਇਆ ਹੈ ਤੁਰਕੀ ਦਾ ਫਿਰ ਹੋ ਗਿਆ ਨਾ ਤੁਰਕੀ ਹੈ ਤੁਰਕਿਸ਼ ਓਕੇ ਬਾਬਾ ਜੀ ਆਹ ਵੇਖੋ ਕਫਸ਼ਾਪ ਇੱਥੇ ਰਹਿਣੇ ਨੇ ਵੇਖੋ ਸਲਮਾਨ ਸਾਹਿਬ ਪੂਰੇ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਬੈਠੇ ਨੇ ਆਪਣਾ ਕਾਫੀ ਸ਼ਾਹੀ ਕੱਪ ਨਾਲ ਨੇ ਪਿੰਡ ਦੇ ਆ ਕੇ ਇਹਨਾਂ ਚ ਲੱਸੀ ਪਾ ਕੇ ਪੀਣੀ ਹੈ ਏਅਰਪੋਰਟ ਪਿੰਡ ਦੇ ਆ ਕੇ ਇਹਨਾਂ ਚ ਲੱਸੀ ਪਾ ਕੇ ਸਾਰੀ ਗੱਲ ਇੱਕ ਕੱਪ ਲਿਓ ਜੁ ਲੈ ਪੈਸੇ ਲਾਏ ਨੇ ਰਾਹ ਸਾਹਿਬ ਨੇ ਯਾ ਅ ਫਿਊ ਮੋਮੈਂਟਸ ਲੇਟਰ ਹਾਂ ਕੀ ਆਂਦੇ ਹਣੀ ਆਈਡੀ ਕਾਰਡ ਦੋ ਕਾਲੇ ਪੇਪਰ ਨੇ ਸਾਰੇ ਸਵਾਲ ਇਹ ਕਿਵੇਂ ਕੀਤੀ ਬਾਬਾ ਜੀ ਆਉਂਦਿਆਂ ਵੀ ਜਿਹੜਾ ਸਾਨੂੰ ਪੁਲਿਸ ਵਾਲਾ ਰੋਕ ਲਿਆ ਸੀ ਤੇ ਲਿਆਦਾ ਸੀ ਉਦੋਂ ਵੀ ਟੀਕਾ ਠੋਕ ਕੇ ਰਾਣਾ ਸਾਹਿਬ ਨੂੰ ਕਾਲੇ ਸ਼ੀਸ਼ੇ ਹੁੰਦੀ ਵਾਹ ਤੋਂ ਜਿਹੜਾ ਨਾ 1000 ਰੁਪਏ ਨਾਲ ਦਿੱਤਾ ਸੀ ਆ 1000 ਰੁਪਏ ਚਲਾਨ ਆਈ ਕਰਵਾ ਕੇ ਆ ਗਏ ਹੁਣ ਲਿਆਦਾ ਵਾਪਸੀ ਤੇ ਫੇਰ ਸਾਡੇ ਨਾਲ ਆਈ ਗੇਮ ਹੋ ਰਹੀ ਤੇ ਲਿਆਦਾ ਡਬਲ ਚਲਾਨ ਤੁਹਾਨੂੰ ਪਤਾ ਨਹੀਂ ਹੁੰਦੇ ਤੇ ਇਸ ਵਾਸਤੇ ਤੁਹਾਡੀ ਥੋੜੀ ਜਿਹੀ ਬਚਤ ਹੋ ਗਈ ਹੈ ਇਹ ਗਵਰਨਮੈਂਟ ਵਿਕ ਚੁੱਕੀ ਹੈ ਅੱਛਾ ਸਭ ਮਿਲ ਗਿਆ ਮੈਂ ਭਾਲ ਬਣਾ ਰਹੇ ਆ ਅਰੇ ਬਾਪ ਰੇ ਇਹ ਤਾਂ ਧੋਤੀ ਖੋਲ ਰਹਾ ਹੈ ਸਹੀ ਹੈ ਇਹ ਬੰਦਾ ਉਹੀ ਸੀ ਜਿੰਨੇ ਸਾਡੇ ਕੋ ਪਹਿਲਾਂ ਧਾਰ ਲਿਆ ਸੀ ਫੇਰ ਉਹੀ ਸਮਾਂ ਛੱਡ ਗਿਆ 2000 ਇਅਰਸ ਲੇਟ ਤੇ ਬਾਬਾ ਜੀ ਰਾਣਾ ਸਾਹਿਬ ਇੱਥੋਂ ਗਏ ਹਾਂ ਜਦੋਂ ਫਿਰ ਗ੍ਰੀਸ ਗਏ ਨੇ ਡਾਇਰੈਕਟ ਉੱਥੋਂ ਜਾ ਕੇ ਅੱਗੋਂ ਫਿਰ ਉਹ ਗਏ ਨੇ ਮਾਸ਼ਾਅੱਲਾ ਜਰਮਨੀ ਫਿਰ ਪੋਲੈਂਡ ਦੁਬਾਰਾ ਫਿਰ ਉਹ ਗ੍ਰੀਸ ਆਏ ਨੇ ਉਹਨਾਂ ਨੇ ਵਾਵਾ ਤਸਵੀਰਾਂ ਤਸਵੀਰਾਂ ਘਲੀਆਂ ਨੇ ਖੂਬ ਇੰਜੋਏ ਕੀਤਾ ਇੱਥੋਂ ਬੰਦਾ ਜਾਂਦਾ ਪਰ ਦੇਸ਼ ਜ਼ਰਾ ਥੋੜ੍ਹਾ ਪਰੇਸ਼ਾਨ ਹੁੰਦਾ ਉਹ ਇੱਕ ਹਿਸਾਬ ਦੇ ਆਪਣੇ ਦੇਸ਼ ਹੀ ਗਏ ਹਨ ਅਤੇ ਖੈਰ ਰਾਣਾ ਸਾਹਿਬ ਨੇ ਜਿਹੜਾ ਨਾ ਸਾਨੂੰ ਵੀ ਨਾਲ ਨਾਲ ਵਿਖਾਇਆ ਨਾਲ ਮੈਂ ਉਹ ਚੀਜ਼ਾਂ ਤੁਹਾਨੂੰ ਵੀ ਵਿਖਾ ਰਿਹਾ ਤੁਹਾਡੇ ਨਾਲ ਵੀ ਸ਼ੇਅਰ ਕਰ ਰਿਹਾ ਵਾਂ ਅਤੇ ਬਾਕੀ ਰਾਣਾ ਸਾਹਿਬ ਫੁੱਲ ਚਾਸ਼ੇ ਨੇ ਅਤੇ ਆਪਣਾ ਦੂਸਰੀ ਜਿਹੜੀ ਗੱਲ ਹੈ ਤਾਂ ਸਾਨੂੰ ਆਉਂਦਿਆਂ ਜਨਾਬ ਪੁਲਿਸ ਵਾਲਿਆਂ ਰੋਕ ਲਿਆ ਸੀ ਜਾਂਦਿਆਂ ਵੀ ਰੋਕ ਲਿਆ ਅਤੇ ਆਉਂਦਿਆਂ ਵੀ ਰੋਕ ਲਿਆ ਵੀ ਤੁਹਾਡੇ ਨਾਲ ਮੈਂ ਕਲਿੱਪ ਸ਼ੇਅਰ ਕੀਤਾ ਫਿਰ ਅੱਜ ਦਾ ਇਹ ਵਲੌਗ ਇੱਥੇ ਹੀ ਖਤਮ ਕਰਨੇ ਆ ਫਿਰ ਮਿਲਾਂਗੇ ਇਨਸ਼ਾਅੱਲਾ ਤੁਹਾਨੂੰ ਨੈਕਸਟ ਵੀਡੀਓ 'ਚ ਓਕਾ ਫਿਰ ਅੱਲਾ ਹਾਫਿਜ਼